ਪਹੁੰਚ ਗਏ ਹਾਂ ਜਿੱਥੇ ਪਹੁੰਚਣਾ ਸੀਗਾ ਅਸੀਂ, ਅਤੇ ਤੁਸੀਂ ਗੈਸ ਕਰ ਹੀ ਲਿਆ ਹੁਣ ਤਾਂ ਉੱਦਾਂ। ਅਤੇ ਲਓ ਜੀ, ਵਿਆਹ ਵਾਲੇ ਘਰ ਪਹੁੰਚ ਗਏ ਹਾਂ, ਅਤੇ ਵਿਆਹ ਵਾਲੇ ਲਾੜੇ ਲੂੜੇ ਦੇ ਕੀ ਕਰਦੇ ਪਏ ਆ ਮੁੰਡੇ ਦੇ। ਉਹਦੇ ਨੰਗਿਆ, ਉਹਦੇ ਨੰਗਿਆ, ਚੱਲ ਚੱਲ ਨੰਗਿਆ। ਟੁੱਟ ਗਈ ਤੇਰੀ? ਲੱਗੀ ਹੁਣ ਦੌੜ ਲੱਗੀ, ਦੌੜ ਦੌੜੀ ਆ ਤੁਹਾਨੂੰ, ਚੱਲ ਭੱਜ ਆਪਾਂ ਜਿੰਮ ਨੂੰ ਜਾਂਦੇ ਹਾਂ। ਸੀਗਾ ਪਹਿਲਾਂ ਥੋੜਾ ਭੱਜੇ, ਇਹ ਤਾਂ ਪਹਿਲਾਂ ਥੋੜਾ ਭੱਜੇ। Yeah.
ਮੋਰੇ ਰੱਖ ਦੋ, ਮੋਰੇ 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 ਉੱਪਰ ਆ ਦੋ ਉੱਪਰ। ਹਾਂ ਖੁਸ਼ੀਆਂ ਹੈਂ ਖੁਸ਼ੀਆਂ ਬਹੁਤ ਖਰਾਬ ਗਿਆ।
ਹੋ ਲੈ ਗਿਆ ਜੀ ਬਈ ਯਾਰ ਤੇਰੀ ਟਿਕਟ ਆਪੇ ਲੈ ਗਿਆ ਮਾਸੀ ਹੁਣੀ ਕਹਿੰਦੇ ਸੀ ਤਾਈ ਹੁਣੀ ਕਹਿੰਦੇ ਸੀ ਕਿ ਇੱਥੇ ਆਪਾਂ ਜਠੇਰੇ ਪੂਜ ਲੈਣੇ ਆ ਤੇ ਹੁਣ ਭਾਬੀਆਂ ਨੇ ਬਣਾਇਆ ਸੀ ਪ੍ਰਸ਼ਾਦ ਤੇ ਹੁਣ ਸਾਰੇ ਜਾਣੇ ਬੈਠ ਗਏ ਆ ਤੇ ਹੁਣ ਜਠੇਰੇ ਲੱਗੇ ਆ ਜੀ ਪੂਜਣ ਪੰਜੀਰੀ ਬਣਾਈ ਸੀ ਭਾਬੀ ਉਹਨਾਂ ਨੇ ਤੇ ਹੁਣ ਤਾਇਆ ਜੀ ਕਰਨ ਦੇ ਸਾਰੀਆਂ ਰਸਮਾਂ ਕਿਉਂਕਿ ਮੇਰੇ ਡੈਡੀ ਜੀ ਹੈ ਨਹੀਂ ਇਸ ਕਰਕੇ ਤਾਇਆ ਜੀ ਉਹਨਾਂ ਨੇ ਸਾਰੀਆਂ ਰਸਮਾਂ ਕੀਤੀਆਂ ਜਿਵੇਂ ਮੈਂ ਜੱਸੂ ਫੜਿਆ ਇਸ ਕਰਕੇ ਹੁਣ ਇੱਕ ਜਣੇ ਨੂੰ ਖੂਨ ਪਾਣਾ ਪੈਣਾ ਆ ਤੇ ਫਿਰ ਜਾ ਕੇ ਇਹ ਗੱਲ ਬਣਨੀ ਆ ਕਿਉਂਕਿ ਸਾਡਾ ਜਸਲੀਨ ਜੀ ਸਜਾਉਂਦੇ ਨੇ ਤੇ ਮੈਂ ਖੂਨ ਫੜਿਆ ਸੀ ਤੇ ਤਾਈ ਹੁਣੀ ਰਸਮਾਂ ਕਰਨ ਦੇ ਆ ਤੇ ਉੱਧਰ ਭਾਜੀ ਹੁਣੀ ਬਾਹਰੋਂ ਦੇਖਣ ਦੇ ਆ ਵੀਡੀਓ ਕਾਲ 'ਚ ਭਾਬੀ ਜੀ ਖੜੇ ਆ ਇਹਦੇ ਬਣੇ ਰਹੋ ਜੀ ਸਾਰੇ ਜਣੇ ਵਲੌਗ ਨਾਲ ਫੁੱਲ ਵਲੌਗ ਦੇਖਿਓ ਤੇ ਬੜਾ ਇੰਟਰਸਟਿੰਗ ਵਲੌਗ ਬਣਨ ਵਾਲਾ ਆ ਤੇ ਵਧਾਈਆਂ ਜ਼ਰੂਰ ਦਿਓ ਇਹਨਾਂ ਨੂੰ ਨਵੀਂ ਜੋੜੀ ਨੂੰ ਜੋੜੀ ਦੱਸਿਓ ਕਿੱਦਾਂ ਲੱਗੀ ਇਹਨਾਂ ਨੇ ਸਾਰੇ ਜਣੇ ਜ਼ਰੂਰ ਕਮੈਂਟ ਕਰਿਓ ਜ਼ਰੂਰ ਦੱਸਿਓ ਜੋੜੀ ਕਿੱਦਾਂ ਲੱਗੀ ਆ ਇਧਰ ਮੇਰੀ ਭੈਣ ਦੀ ਕੁੜੀ ਖੜੀ ਆ ਉਹ ਭੈਣ ਦਾ ਮੁੰਡਾ ਖੜਾ ਲਓ ਜੀ ਹੁਣ ਇਹਨਾਂ ਨੂੰ ਰਸਮਾਂ ਦਾ ਵੀ ਨਹੀਂ ਪਤਾ ਸੀ ਤੇ ਜਿੱਦਾਂ ਤਾਈ ਹੁਣੀ ਕਹਿੰਦੇ ਸੀ ਉੱਦਾਂ ਹੀ ਕਰਦੇ ਸੀ ਇਹ ਸਾਡੇ ਨਾਲ ਇਹ ਹੋਰ ਤਰੀਕੇ ਨਾਲ ਕਰਦੇ ਸਾਡੇ ਇਧਰ ਹੋਰ ਤਰੀਕੇ ਨਾਲ ਕਰਦੇ ਹਾਂ ਸਾਡੇ ਇੱਦਾਂ ਹੀ ਕਰਦੇ ਆ ਸਾਡੇ ਜਿੱਦਾਂ ਉੱਧਰ ਪੂਜਣ ਜਾਂਦੇ ਆ ਤੇ ਫੇ ਹੁਣ ਘਰੇ ਪੂਜ ਲਏ ਸੀ ਜਿਹੜੇ ਘਰੇ ਤੁਹਾਡੇ ਜਿਹੜੇ ਸਾਡੇ ਇਦਾਂ ਨਹੀਂ ਸਾਡੇ ਜਾਂਦੇ ਉਧਰ ਨਹੀਂ ਸਾਡੇ ਵੀ ਉਧਰ ਹੀ ਜਾਂਦੇ ਆ ਫੇ ਇਹਨਾਂ ਦਾ ਵਿਆਹ ਕਾਲੀ ਕਾਲੀ ਦਾ ਸੀ ਨਾ ਫੇਸ ਕਰਕੇ ਉੱਥੇ ਇਹਨਾਂ ਨੇ ਘਰੇ ਪੂਜ ਲਏ ਸੀ ਕਿਉਂਕਿ ਫੇ ਸਾਡੇ ਉਧਰ ਜਾਣਾ ਪੈਣਾ ਅਗਲੇ ਦਿਨ ਪੂਜਦੇ ਹਨ ਤੇ ਆਪਾਂ ਕਿਹਾ ਫੇ ਸਾਡਾ ਫੇ ਘਰ ਉਧਰ ਹੈ ਨਾ ਫੇ ਆਪਾਂ ਉਧਰ ਨੂੰ ਸਾਨੂੰ ਪੂਜ ਲੱਗਣਾ ਸੀ ਤੇ ਫੇ ਆਪਾਂ ਕਿਹਾ ਅੱਜ ਹੀ ਪੂਜ ਲੈਣੇ ਆ ਜਿਹੜੇ ਹੁਣ ਸਾਰੇ ਜਾਣੇ ਕਰਨ ਲੱਗੇ ਆ ਰਸਮਾਂ ਮੰਮੀ ਹੁਣੀ ਤਾਂ ਉੱਧਰ ਹੀ ਬੈਠੇ ਆ ਕਿਉਂਕਿ ਮੰਮੀ ਹੁਣਾਂ ਨੇ ਫੇ ਨਹੀਂ ਕਰਨਾ ਸੀ ਤਾਈ ਹੁਣਾਂ ਨੇ ਕਰਨਾ ਸੀ ਕਿਰਨਾ ਪੁੱਠੀ ਸਿੱਧੀ ਓ ਉਹਨੂੰ ਫੁੱਲ ਕਰਦੇ ਉਹ ਵੱਡੀ ਹੈਗੀ ਸੀ ਨਾ ਉਹ ਕਰਦੇ ਮੇਰੀ ਹੈਗੀ ਹੁਣ ਤਾਂ ਆਪਾਂ ਜੀ ਨੂੰ ਵੀ ਕਰਾਂਗੇ ਫੁੱਲ ਕਰਨ ਲੱਗੀ ਹੈ
ਚਲੋ ਹੁਣ ਸ਼ਿਕੀ ਨਿੱਕੀ ਤੇ ਉੱਠੋ ਦੇ ਸਕਣ ਦੇ ਖੰਡ ਦਾ ਮੱਥਾ ਟੇਕੋ ਤਾਂ ਚਲੋ ਚਲੋ ਪਹਿਲਾਂ ਆ ਜਿਹੜੇ ਪੈਸੇ ਹੀ ਸਕੇ ਇਹ ਵੀ ਆ ਕੁੜੀ ਨਿਆਣੇ ਦੇ ਕੁੜੀਆਂ ਆਪਣੇ ਗਗਨ ਦੇ ਲੈਣੇ ਗਗਨ ਦੇ ਨਿਆਣੇ ਦੇ ਰੱਖ ਲਵਾਂ ਲੈ ਅੱਛਾ ਦੇਣੇ ਦੇ ਨਿਆਣੇ ਨੂੰ ਮੱਥਾ ਟੇਕ ਲਓ ਇਹ ਛੱਡ ਦੋ ਬਸ ਛੱਡ ਦੋ ਛੱਡ ਦੋ ਸਾਡੇ ਜੀ ਮੱਥਾ ਟੇਕ ਕੇ ਮੱਥਾ ਟੇਕ ਕੇ ਮੱਥਾ ਟੇਕ ਕੇ ਇੰਜੜੀ ਲਾ ਦੇ ਗਾਤੀ ਗਾਤੀ ਹੋ ਗਈ ਲਓ ਜੀ ਵਿਆਹ ਤੋਂ ਗਏ ਆਪਾਂ ਆ ਘਰ ਹੁਣ ਤੇ ਸੈਜੂ ਤੇ ਜੱਸੂ ਜਿਹੜਾ ਉਹਨਾਂ ਨੇ ਵਿਆਹ ਨਹੀਂ ਦੇਖਿਆ ਮਾਮੂ ਦਾ ਤੇ ਵਿਆਹ ਸੀ ਕਾਲੀ ਕਾਲੀ ਦਾ ਸੀ ਮੇਰੇ ਬਹੁਤ ਸੁਪਨੇ ਸੀ ਕਿ ਮੈਂ ਆ ਕਰਾਂ ਉਹ ਕਰਾਂ ਬਟ ਨਹੀਂ ਪੂਰੇ ਹੋਣੇ ਸੀ ਕਿਉਂਕਿ ਬਹੁਤ ਸੁਪਨੇ ਹੁੰਦੇ ਆ ਅਕਸਰ ਭੈਣਾਂ ਦੇ ਵੀ ਕਿ ਆਪਾਂ ਵਿਆਹ ਤੇ ਇੱਕ ਦਿਨ ਆ ਕਰਾਂਗੇ ਉਹ ਆ ਕਰਾਂਗੇ ਬਟ ਚਲੋ ਜੋ ਪਰਮਾਤਮਾ ਨੂੰ ਮਨਜ਼ੂਰ ਹੈ ਨਾ ਉਹ ਹੀ ਹੋਣਾ ਸੀ ਤੇ ਵਿਆਹ ਠੀਕ ਠਾਕ ਹੋ ਗਿਆ ਜੀ ਸਾਰਾ ਕੁਛ ਵਧੀਆ ਹੋ ਗਿਆ ਕੰਮ ਤੇ ਬਾਕੀ ਤੁਸੀਂ ਹੁਣ ਦੇਣੇ ਆ ਨੰਬਰ ਕਿੰਨੇ ਦੇਣੇ ਜੋੜੀ ਨੂੰ ਤੇ ਜੋੜੀ ਦੱਸਿਓ ਕਿੱਦਾਂ ਲੱਗੀ ਤੁਹਾਨੂੰ ਕਿੱਦਾਂ ਲੱਗੀ ਜਰੂਰ ਕਮੈਂਟ ਜਰੂਰ ਕਰਿਓ ਜਰੂਰ ਕਿ ਦੱਸਿਓ ਕਿ ਜੋੜੀ ਕਿੱਦਾਂ ਲੱਗੀ ਵਧਾਈਆਂ ਦਿਓ ਜੋੜੀ ਨੂੰ ਬਲੈਸਿੰਗ ਦਿਓ ਕਿ ਇਦਾਂ ਹੀ ਖੁਸ਼ ਰਹਿਣ ਇਹ ਤੇ ਬਾਕੀ ਸਾਡੇ ਸਿੰਪਲ ਵਿਆਹ ਕੀਤਾ ਕੋਈ ਇਦਾਂ ਦਾ ਚੱਕਰ ਨਹੀਂ ਮੈਂ ਸਿੰਪਲ ਹੀ ਵਿਆਹ ਹੋਣੇ ਚਾਹੀਦੇ ਆ ਇਦਾਂ ਵਿਆਹ ਹੋਣੇ ਚਾਹੀਦੇ ਸਿੰਪਲ ਸਾ ਮੈਂ ਵੀ ਤੁਹਾਨੂੰ ਇਦਾਂ ਹੀ ਕਹਿਣਾ ਸੀਗਾ ਪਰ ਇਹ ਮੰਨੀ ਨਹੀਂ ਆਪਣੀ ਜਿਹੜੀ ਲਾਈਫ ਆ ਨਾ ਬੰਦਾ ਫਿਰ ਇੰਜੋਏ ਨਹੀਂ ਕਰਦਾ ਇਸ ਕਰਕੇ ਮੈਂ ਤਾਂ ਇਹੀ ਸਲਾਹ ਦਿੰਦਾ ਕਿ ਜੇ ਕਿਸੇ ਨਵੇਂ ਬੰਦੇ ਨੇ ਵਿਆਹ ਕਰਾਉਣਾ ਆ ਤੇ ਆਰਾਮ ਨਾਲ ਚੁੰਨੀ ਚੜਾ ਕੇ ਛੱਡੋ ਪਰ ਇਹ ਕਹਿੰਦੇ ਪਹਿਲਾਂ ਵਿਆਹ ਸਾਡਾ ਏਦਾਂ ਨੀ ਕਰਨੀ ਕਿਉਂਕਿ ਪਹਿਲਾਂ ਵਿਆਹ ਸੀ ਨਾ ਸਾਡੇ ਘਰ ਵਿੱਚ ਫਿਰ ਸਾਡੇ ਚਾਚੇ ਤਾਏ ਸਾਰੇ ਕਹਿੰਦੇ ਸੀ ਕਿ ਨਹੀਂ ਤੁਸੀਂ ਮਾੜਾ ਮੋਟਾ ਕਰੋ ਜਿੱਦਾਂ ਮਰਜ਼ੀ ਤੇ ਫਿਰ ਤਾਂ ਕਰਕੇ ਅਸੀਂ ਮਾੜਾ ਮੋਟਾ ਕੀਤਾ ਸੀ ਪੈਲਸ ਕੀਤਾ ਸਾਡੇ ਪਿੰਡ ਦਾ ਪੈਲਸ ਆ ਬੜਾ ਮਸ਼ਹੂਰ ਆ ਉੱਥੇ ਜਿੱਦਾਂ ਗਰੀਬ ਕੁੜੀਆਂ ਦੇ ਜਿੱਦਾਂ ਵਿਆਹ ਬਾਕੀ ਅਸੀਂ ਦਾਜ ਵਾਲਾ ਉਹ ਟ੍ਰੈਂਡ ਥੋੜਾ ਤੋਰਿਆ ਸੀ ਪਰ ਨਹੀਂ ਚੱਲਿਆ ਅਬ ਮੈਂ ਤਾਂ ਨਹੀਂ ਕੁਛ ਵੀ ਲਿਆ ਕੁਛ ਵੀ ਨਹੀਂ ਲਿਆ ਸੀਗਾ ਆਪਾਂ ਦਾਜ ਵਿੱਚ ਲੈਣਾ ਵੀ ਨਹੀਂ ਚਾਹੀਦਾ ਮੇਰਾ ਵੀ ਇਹ ਹੀ ਆ ਜੇ ਪਰਮਾਤਮਾ ਸੁੱਖ ਰੱਖੇ ਤਾਂ ਮੈਂ ਜੇ ਨਹੀਂ ਲਿਆ ਤਾਂ ਪਰਮਾਤਮਾ ਨੇ ਦਿੱਤਾ ਹੀ ਬਹੁਤ ਕੁਛ ਆ ਬਹੁਤ ਕੁਛ ਆ ਇਹ ਵੀ ਹੈਗਾ ਵੀ ਪਰਮਾਤਮਾ ਨੇ ਦਿੱਤਾ ਹੀ ਬਹੁਤ ਕੁਛ ਆ ਅਸੀਂ ਪਰਮਾਤਮਾ ਨੂੰ ਸਾਰੀਆਂ ਹੌਲੀ ਹੌਲੀ ਚੀਜ਼ਾਂ ਬਣਾ ਲਈਆਂ ਅਲਮਾਰੀ ਲੈ ਲਈ ਸੀ ਇਹਨਾਂ ਨੇ ਫਿਰ ਆਪਾਂ ਹੌਲੀ ਹੌਲੀ ਕਿਸ਼ਤਾਂ ਤੇ ਹੌਲੀ ਹੌਲੀ ਲੈਂਦੇ ਰਹੇ ਫਿਰ ਵੀ ਪਰਮਾਤਮਾ ਨੇ ਬਹੁਤ ਕੁਛ ਦਿੱਤਾ ਹੈ ਇਸ ਕਰਕੇ ਜੇ ਦਾਜ ਨਾ ਵੀ ਲਓ ਨਾ ਪਰਮਾਤਮਾ ਆਪੇ ਸਭ ਕੁਛ ਦਿੰਦਾ ਆ ਤੁਹਾਡਾ ਸਾਰਾ ਕੁਛ ਆਪੇ ਬਣ ਜਾਂਦਾ ਹੈ ਮਸੀਹ ਪਾਲੀ ਨਿਆਣੇ ਮਸੀਹ ਹੁੰਦੇ ਫਿਰ ਆਪਾਂ ਇੰਨਾ ਦਾਜ ਲਈਦਾ ਡੇਢ ਦੋ ਤਿੰਨ ਲੱਖ ਰੁਪਇਆ ਦਾਜ ਦਾ ਲੱਗ ਜਾਂਦਾ ਆ ਫਿਰ ਵਿਆਹ ਤੇ ਲੱਗ ਜਾਂਦਾ ਆ ਇੱਕ ਬਾਪ ਦੇ ਕੀ ਬੀਤੀ ਉਹ ਇੱਕ ਮਾਂ ਪਿਓ ਹੀ ਜਾਣ ਸਕਦੇ ਆ ਹੁਣ ਅਸੀਂ ਮਾਂ ਪਿਓ ਬਣੇ ਸਾਨੂੰ ਪਤਾ ਆ ਕਿ ਪਰ
ਕੋਸ਼ਿਸ਼ ਇਹ ਰਹੂਗੀ ਕਿ ਮੈਂ ਆਪਣੀਆਂ ਕੁੜੀਆਂ ਨੂੰ ਵੀ ਦਾਜ ਨਾ ਦਵਾਂ, ਇੱਦਾਂ ਦੇ ਘਰ ਵਾਲੇ ਉਹਨਾਂ ਨੂੰ ਮਿਲਣ ਕਿ ਉਹ ਦਾਜ ਨਾ ਲੈਣ, ਕਿਉਂਕਿ ਗਾਂਹ ਤੋਂ ਗਾਂਹ ਰੀਤ ਇੱਦਾਂ ਹੀ ਬਣਾਓ ਕਿ ਦਾਜ ਦਾ ਕੰਮ ਬੰਦ ਹੀ ਹੋਣਾ ਚਾਹੀਦਾ ਆ। ਜਿਨ੍ਹਾਂ ਨੇ ਆਪਣੀ ਧੀ ਦੇ ਦਿੱਤੀ ਹੋਰ ਕੀ ਆ। ਹੁਣ ਤੁਸੀਂ ਇਹ ਦੇਖੋ, ਹੁਣ ਅਸੀਂ ਧੀਆਂ ਜਦੋਂ ਤੋਰੀਆਂ, ਸਾਨੂੰ ਦਿਲ ਦੇ ਪਤਾ ਕੀ ਬੀਤਦੀ ਹੈ, ਕਿਉਂਕਿ ਅਸੀਂ ਕਿੱਦਾਂ ਪਾਲੀਆਂ, ਕਿੱਦਾਂ ਹੋਈਆਂ ਆ, ਤੇ ਸਾਨੂੰ ਪਤਾ। ਜਿਹਨਾਂ ਕੇ ਧੀਆਂ ਹੁੰਦੀਆਂ ਉਹਨਾਂ ਨੂੰ ਪਤਾ ਹੁੰਦਾ। ਤੇ ਬਾਕੀ ਹੁਣ ਤੁਸੀਂ ਚੈਨਲ ਸਾਡੇ ਨੂੰ ਕਰ ਲਓ ਸਬਸਕ੍ਰਾਈਬ, ਤੇ ਨੀਚੇ ਲਾਈਕ ਵਾਲਾ ਬਟਨ ਲਾਈਕ ਕਰ ਦਿਓ, ਤੇ ਕਮੈਂਟ ਕਰਕੇ ਜਰੂਰ ਦੱਸਿਓ। ਸਾਰੇ ਕਹਿੰਦੇ ਸੀ ਵਲੌਗ ਨਹੀਂ ਪਾਇਆ, ਵਲੌਗ ਨਹੀਂ ਪਾਇਆ, ਲੋ ਜੀ ਵਲੌਗ ਆ ਗਿਆ ਹੈ, ਤੁਸੀਂ ਵਲੌਗ ਆ ਗਿਆ, ਹੁਣ ਤੁਸੀਂ ਦੇਖ ਲਿਆ ਸਾਰਾ। ਤੇ ਨੈਕਸਟ ਵਲੌਗ ਵੀ ਆਊਗਾ, ਭਾਬੀ ਹੁਣੀ ਜਦੋਂ ਆਏ ਸੀ ਉਹ ਵੀ ਵਲੌਗ ਹੈਗਾ, ਸਾਰੇ ਵਲੌਗ ਹੈਗੇ ਪਏ, ਪੈਂਡਿੰਗ ਪਏ ਆ, ਸਾਰਾ ਕੁਝ ਹੈਗਾ, ਤੇ ਉਹ ਆਪਾਂ ਪਾਵਾਂਗੇ ਵਲੌਗ। ਇਹਦੇ ਇਸ ਵਲੌਗ 'ਚ ਵੀ ਸਾਡਾ ਜਿਹੜਾ ਬਹੁਤ ਥੋੜਾ ਨੁਕਸਾਨ ਹੋ ਗਿਆ ਸੀਗਾ, ਵਿੱਚ ਕੁਝ ਕੱਟ ਹੋ ਗਿਆ, ਬੱਚਿਆਂ ਦਾ ਉਹ ਕੱਟ ਹੋ ਗਿਆ ਸੀ, ਤੇ ਕਿਉਂਕਿ ਵਲੌਗ ਪਏ ਨੂੰ ਟਾਈਮ ਹੋ ਗਿਆ ਸੀ ਨਾ, ਵਿੱਚ ਕਟਿੰਗ ਕੱਟ ਹੋ ਗਿਆ ਸੀ ਵਲੌਗ, ਇਸ ਕਰਕੇ ਬਿਲ ਥੋੜਾ ਲੱਗਿਆ ਨਹੀਂ, ਤੇ ਸਾਰਾ ਹੀ ਅਸੀਂ ਬਣਾਇਆ ਸੀ, ਬਹੁਤ ਸੋਹਣਾ ਐਂਡ ਸੀ ਗੱਲਬਾਤ। ਤੇ ਉਹ ਕੱਟ ਹੋ ਗਿਆ ਵਿੱਚੋਂ, ਬਟ ਉਹ ਰਿਕਵਰ ਨਹੀਂ ਹੋ ਰਿਹਾ ਹੁਣ। ਚਲੋ ਜੋ ਪਰਮਾਤਮਾ ਦੀ ਮਰਜ਼ੀ ਹੈ ਨਾ, ਆਪਾਂ ਉਹਦੇ ਖਿਲਾਫ ਨਹੀਂ ਜਾ ਸਕਦੇ, ਜੋ ਪਰਮਾਤਮਾ ਨੂੰ ਮਨਜ਼ੂਰ ਆ, ਜਿੱਦਾਂ ਉਹਨਾਂ ਨੇ ਸਾਨੂੰ ਲੈ ਕੇ ਜਾਣਾ ਆਪਾਂ ਉਹਦੇ ਵਿੱਚ ਜਾਈ ਜਾਣਾ ਹੈ, ਉਸ ਪਰਮਾਤਮਾ ਦਾ ਵੱਡਾ ਕੋਈ ਵੀ ਨਹੀਂ ਹੈ ਨਾ। ਚਲੋ ਠੀਕ ਹੈ ਜੀ, ਸਾਰਿਆਂ ਨੂੰ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ, ਅਤੇ ਪਰਮਾਤਮਾ ਤੁਹਾਨੂੰ ਤਰੱਕੀਆਂ ਦੇਵੇ, ਅਤੇ ਇੱਥੇ ਆਪਾਂ ਹੁਣ ਕਰਦੇ ਹਾਂ ਇਸ ਵਲੌਗ ਦਾ ਐਂਡ। ਅਤੇ ਜੋੜੀ ਜ਼ਰੂਰ ਦੱਸਿਓ ਕਿ ਨੰਬਰ 1 ਆ ਕਿ ਨੰਬਰ 2 ਆ, ਜ਼ਰੂਰ ਕਮੈਂਟ ਕਰਿਓ, ਠੀਕ ਆ। ਅਤੇ ਬਲੈਸਿੰਗ ਇਹਨਾਂ ਨੂੰ ਦਿਓ, ਇਹਨਾਂ ਨੂੰ ਵਧਾਈਆਂ ਦਿਓ, ਕਿ ਇਹਨਾਂ ਨੂੰ ਵੀ ਪਤਾ ਲੱਗੇ ਕਿ ਇੰਨੀਆਂ ਵਧਾਈਆਂ ਇਹਨਾਂ ਨੂੰ ਮਿਲੀਆਂ ਆ, ਇੰਨੀਆਂ ਦੁਆਵਾਂ ਮਿਲੀਆਂ ਆ, ਹੈ ਨਾ। ਅਤੇ ਬਾਕੀ ਉੱਥੇ ਜਾਵਾਂਗੇ, ਜ਼ਰੂਰ ਵਲੌਗ ਬਣਾਵਾਂਗੇ ਇਹਨਾਂ ਨਾਲ। ਤੇ ਬਾਕੀ ਨੈਕਸਟ ਵਲੌਗ ਆਉਣੇ ਆ, ਹੋਰ ਵੀ ਕਾਫੀ ਵਲੌਗ ਹੈਗੇ ਆ, ਤੇ ਤੁਸੀਂ ਇੱਦਾਂ ਹੀ ਸਾਰੇ ਜਣੇ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਤੇ ਤੁਹਾਨੂੰ ਸਭ ਤੋਂ ਪਹਿਲੇ ਵਲੌਗ ਸਾਡੇ ਮਿਲ ਜਾਣ ਕਰਨਗੇ। ਤੇ ਇੱਥੇ ਹੁਣ ਕਰਦੇ ਆਪਾਂ ਵਲੌਗ ਦਾ ਐਂਡ। ਬਹੁਤ ਬਹੁਤ ਸ਼ੁਕਰੀਆ ਕਿ ਵਲੌਗ ਨੂੰ ਇੰਨਾ ਪਿਆਰ ਦਿੰਦੇ, ਜੇ ਬਹੁਤ ਸਾਰਾ ਪਿਆਰ ਦੇ ਰਹੇ ਹੋ ਤੁਹਾਡਾ, ਅਸੀਂ ਤਾਂ ਥੋੜੀ ਜਿਹੀ ਸੈਡ ਵੀ ਹੁੰਦੀ ਆ ਨਾ, ਤਾਂ ਵੀ ਸਾਰਾ ਟੈਨਸ਼ਨ ਮੈਂਦਾ ਕਿ ਅੰਮਾ ਜੀ ਨੂੰ ਕੀ ਹੋਇਆ ਆ। ਬਹੁਤ ਬਹੁਤ ਸਾਰਾ ਪਿਆਰ ਦੇ ਰਹੇ ਆ ਤੁਹਾਡਾ, ਅਸੀਂ ਦੇਣਾ ਕਿੱਦਾਂ ਦੇਈਏ। ਬਹੁਤ ਸ਼ੁਕਰੀਆ, ਤੇ ਬਹੁਤ ਬਹੁਤ ਤੁਹਾਨੂੰ ਦਿਲੋਂ ਥੈਂਕਸ ਕਰਦੇ ਆ, ਤੇ ਅਸੀਂ ਤਾਂ ਇਹ ਕਹਿੰਦੇ ਕਿ ਪਰਮਾਤਮਾ ਤੁਹਾਨੂੰ ਤਰੱਕੀਆਂ ਦੇਵੇ, ਪਰਮਾਤਮਾ ਵੱਡੀਆਂ ਵੱਡੀਆਂ ਉਮਰਾਂ ਕਰੇ, ਜੇ ਤੁਹਾਡੇ ਜੇ ਕੋਈ ਚੀਜ਼ ਨਹੀਂ ਹੈਗੀ ਰੱਬ ਉਹ ਵੀ ਦੇਵੇ, ਪਰਮਾਤਮਾ ਸਭ ਨੂੰ ਦੇਵੇ। ਤੇ ਚਲੋ ਹੁਣ ਆਪਾਂ ਚਲੋ ਠੀਕ ਆ ਜੀ, ਸਾਰਿਆਂ ਨੂੰ ਬਾਏ ਬਾਏ ਕਰਦਾ ਹੁਣ, ਸਤਿ ਸ਼੍ਰੀ ਅਕਾਲ, ਬਾਏ ਬਾਏ ਬਾਏ।